ਦੋਸਤੋ ਇਸ ਵਕਤ ਅਸੀਂ ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ ਅਨੰਦਪੁਰ ਸਾਹਿਬ ਇਹਨਾਂ ਦੇ ਪ੍ਰਿੰਸੀਪਲ ਨੇ ਸ਼੍ਰੀ ਗੁਰਮਿੰਦਰ ਸਿੰਘ ਭੁੱਲਰ ਇਹਨਾਂ ਨੇ ਬਹੁਤ ਪਿਆਰੇ ਪਿਆਰੇ ਬੱਚੇ ਬੁਲਾਏ ਹੈਗੇ ਆ ਇਹਨਾਂ ਨਾਲ ਅਸੀਂ ਥੋੜ੍ਹੀ ਜਿਹੀ ਗੱਲਬਾਤ ਕਰਦੇ ਹੈਗੇ ਆਓ ਵੀ ਬੱਚੇ ਮੇਰੇ ਕੋਲ ਤੁਹਾਡਾ ਨਾਂ ਕੀ ਆ ਖੁਸ਼ੀ ਬਸੀ ਹੈ ਖੁਸ਼ੀ ਬਸੀ ਖੁਸ਼ੀ ਬਸੀ ਵਾਹ ਤੇਰਾ ਦੰਦ ਕੌਣ ਲੈ ਗਿਆ ਹੈਗਾ ਦੰਦ ਕਿੱਥੇ ਗਿਆ ਟੁੱਟ ਗਿਆ ਹੈ ਟੁੱਟ ਗਿਆ ਕਿਨੇ ਆਪ ਤੋੜਿਆ ਹੈ ਆਪੇ ਟੁੱਟ ਗਿਆ ਆਪੇ ਟੁੱਟ ਗਿਆ ਕਚੂਆ ਲੈ ਗਿਆ ਚੂਹਾ ਪਤਾ ਕੀ ਹੁੰਦਾ ਕੀ ਹੁੰਦਾ ਦੇਖਿਆ ਕਦੀ ਚੂਹੇ ਨੂੰ ਕੀ ਹੁੰਦਾ ਅੱਛਾ ਤੁਹਾਡੇ ਘਰ 'ਚ ਕੌਣ ਕੌਣ ਰਹਿੰਦੇ ਬੱਚੇ ਮੰਮਾ ਪਾਪਾ ਮੇਰੀ ਛੋਟੀ ਭੈਣ ਦਾਦੀ ਦਾਦੂ ਤਾਈ ਤਾਊ ਉਹਨਾਂ ਦੇ ਬੱਚੇ ਓਹੋ ਤਾੜੀਆਂ ਮਾਰੋ ਐਨੀ ਲੰਬੀ ਚੌੜੀ ਭੈਣ ਦੀ ਅੱਜ ਕੱਲ੍ਹ ਦੇ ਜ਼ਮਾਨੇ 'ਚ ਨਹੀਂ ਅੱਛਾ ਇਹ ਤਾਈ ਜੀ ਕੀ ਹੁੰਦੇ ਪਹਿਲਾਂ ਇਹ ਦੱਸ ਤਾਈ ਹਾਂ ਤੁਹਾਡੇ ਘਰ 'ਚ ਤਾਈ ਜੀ ਰਹਿੰਦੇ ਹਾਂ ਕੀ ਹੁੰਦੇ ਤਾਈ ਜੀ ਤਾਊ ਜੀ ਕੀ ਹੁੰਦੇ ਕੋਈ ਆਈਡੀਆ ਹੈ ਨਹੀਂ ਹੈ ਤਾੜੀਆਂ ਮਾਰੋ ਸ਼ਾਬਾਸ਼ ਚਲੋ ਬੈਠ ਕੇ ਹਾਂ ਵੀ ਆਓ ਬੱਚੇ ਹਾਂਜੀ ਬੱਚੇ ਓਏ ਆਹ ਕੀ ਆ ਕਰੇਲਾ ਤਾਂ ਖਾਈਦਾ ਹੁੰਦਾ ਇਹ ਕੰਨ ਤੇ ਕਿਵੇਂ ਲੱਟ ਗਿਆ ਕਿਹਨੇ ਬਣਾਇਆ ਮੰਮੀ ਨੇ ਅੱਛਾ ਕਰੇਲੇ ਦੀ ਇੱਕ ਸਬਜ਼ੀ ਵੀ ਹੁੰਦੀ ਕਦੀ ਖਾਧੀ ਹੈ ਸਬਜ਼ੀ ਵਾਲਾ ਕਰੇਲਾ ਹੁੰਦਾ ਕਦੀ ਦੇਖਿਆ ਕਦੀ ਖਾਧਾ ਖੱਟਾ ਹੁੰਦਾ ਕਿ ਮਿੱਠਾ ਮਿੱਠਾ ਹੁੰਦਾ ਅੱਛਾ ਘਰ 'ਚ ਕੌਣ ਕੌਣ ਰਹਿੰਦੇ ਆ ਸ਼ਰਾਰਤੀ ਕੌਣ ਆ ਸਭ ਤੋਂ ਜ਼ਿਆਦਾ ਇਹ ਕੌਣ ਆ ਮੇਰੀ ਛੋਟੀ ਭੈਣ ਓਹ ਤੂੰ ਨੀ ਸ਼ਰਾਰਤੀ ਅੱਛਾ ਤੂੰ ਰੋਟੀ ਕਿੰਨੀ ਖਾਣੀ ਹੁੰਦੀ ਹੈ ਪਹਿਲਾਂ ਦੱਸ ਰੋਟੀ ਖਾਣੀ ਹੁੰਦੀ ਕਿ ਨਹੀਂ ਕੀ ਖਾਣੀ ਹੁੰਦੀ ਅੱਜ ਸਵੇਰੇ ਨਾਸ਼ਤੇ 'ਚ ਕੀ ਖਾਧਾ ਸੀ ਦੁੱਧ ਦੁੱਧ ਲੱਡੂ ਦੁੱਧ ਤੇ ਹੋਰ ਕੀ ਲੱਡੂ ਇੱਕ ਇੱਕ ਦੋ ਖਾਧੇ ਇੱਕ ਹੋਰ ਦੁਪਹਿਰ ਨੂੰ ਕੀ ਖਾਂਦੇ ਹੁੰਦੇ ਸਬਜ਼ੀ ਨਾਲ ਰੋਟੀ ਸਬਜ਼ੀ ਨਾਲ ਰੋਟੀ ਤੇ ਰਾਤ ਨੂੰ ਰਾਤ ਨੂੰ ਵੀ ਤਾੜੀਆਂ ਮਾਰੋ ਇਸ ਬੱਚੇ ਲਈ ਕਿਆ ਬਾਤ ਚਲੋ ਬਾਈ ਆਵੇ ਤੂੰ ਬੱਚੇ ਆਓ ਜੀ ਤੁਹਾਡਾ ਨਾਂ ਕੀ ਆ ਸਰਬਰੀਤ ਸਿੰਘ ਕਟੋਚ ਓਹੋ ਉੱਪਰ ਕਰੋ ਮੂੰਹ ਜਰਾ ਅੱਛਾ ਇਹ ਤੇਰੀ ਕਲਾਸ ਟੀਚਰ ਦਾ ਕੀ ਨਾਂ ਉਹ ਡਾਂਟਦੇ ਮੈਡਮ ਨਹੀਂ ਡਾਂਟਦੇ ਹੈਂ ਅੱਛਾ ਦੱਸੋ ਇਹ ਪ੍ਰਿੰਸੀਪਲ ਕੌਣ ਹੁੰਦਾ ਬੱਚੇ ਪ੍ਰਿੰਸੀਪਲ ਸੁਣੇ ਕਦੀ ਨਾ ਕੀ ਕੌਣ ਹੁੰਦਾ ਪ੍ਰਿੰਸੀਪਲ ਰਹਿੰਦੇ ਕਿੱਥੇ ਹੋ ਅਨੰਦਪੁਰ ਸਾਹਿਬ ਅਨੰਦਪੁਰ ਸਾਹਿਬ ਇਹ ਅਨੰਦਪੁਰ ਸਾਹਿਬ ਕੀ ਚੀਜ਼ ਆ ਪਹਿਲਾਂ ਦੱਸੋ ਪਿੰਡ ਆ ਕਿ ਸ਼ਹਿਰ ਆ ਸ਼ਹਿਰ ਸ਼ਹਿਰ ਆ ਅੱਛਾ ਇੱਥੇ ਇੱਕ ਤਖ਼ਤ ਸ਼੍ਰੀ ਕੇਸਗੜ੍ਹ ਸਾਹਿਬ ਹੈਗੇ ਆ ਉੱਥੇ ਜਾਂਦਾ ਹੁੰਦਾ ਕਦੀ ਕਦੋਂ ਜਾਂਦਾ ਹੁੰਦਾ ਛੁੱਟੀ ਵਾਲੇ ਦਿਨ ਜਾਂਦਾ ਹੁੰਦਾ ਛੁੱਟੀ ਵਾਲੇ ਤੁਹਾਡੇ ਸਕੂਲ ਦਾ ਨਾਂ ਕੀ ਆ ਬੱਚੇ ਹਰਕ੍ਰਿਸ਼ਨ ਪਬਲਿਕ ਸਕੂਲ ਉਹ ਸ਼ਾਬਾਸ਼ ਤਾੜੀਆਂ ਮਾਰੋ ਤੁਹਾਡੇ ਅੱਛਾ ਇਹ ਸਿੱਖਾਂ ਦੇ ਪਹਿਲੇ ਗੁਰੂ ਦਾ ਨਾਂ ਕੀ ਸੀ ਉੱਪਰ ਕਰ ਕੈਮਰੇ ਵੱਲ ਮੂੰਹ ਕਰ ਹੱਸ ਕੇ ਦਿਖਾ ਪਹਿਲਾਂ ਹੱਸ ਕੇ ਤਾੜੀਆਂ ਮਾਰੋ ਜੋਤੇ ਲਈ ਚਲੋ ਆਓ ਜੀ ਆਓ ਜੀ ਇਹ ਤੁਹਾਡਾ ਨਾਂ ਕੀ ਆ ਕਿਹੜੀ ਕਲਾਸ 'ਚ ਪੜ੍ਹਦੇ ਹੋ ਸੈਕਿੰਡ ਕਲਾਸ 'ਚ ਅੱਛਾ ਦੱਸੋ ਤੁਹਾਡੀ ਕਲਾਸ ਟੀਚਰ ਦਾ ਨਾਂ ਕੀ ਆ ਨਾਂ ਨਹੀਂ ਪਤਾ ਮਾਰਦੇ ਹੁੰਦੇ ਕਿ ਨਹੀਂ ਮੁਰਗਾ ਕਦੀ ਬਣਾਇਆ ਤੁਹਾਨੂੰ ਮੁਰਗਾ ਪਤਾ ਕੀ ਹੁੰਦਾ ਮੁਰਗਾ ਦੇਖਿਆ ਕਦੀ
ਸੁਣਿਆ ਕਿ ਨਹੀਂ ਮੁਰਗਾ ਕੋਈ ਹੁੰਦਾ? ਹੈਂ, ਬਿੱਲੀ ਕੀ ਹੁੰਦੀ? ਬਿੱਲੀ ਦੇਖੀ ਕਦੀ ਕਿੱਦਾਂ ਬੋਲਦੀ ਹੁੰਦੀ? ਤੁਹਾਡੇ ਘਰ 'ਚ ਕੌਣ ਕੌਣ ਰਹਿੰਦਾ? ਮੰਮੀ, ਪਾਪਾ, ਮੈਂ, ਦਾਦੂ, ਦਾਦੀ, ਬੂਆ, ਮੇਰਾ ਭਾਈ। ਓ ਅੱਛਾ, ਬੂਆ ਕੌਣ ਹੁੰਦੀ ਪਹਿਲਾਂ ਦੱਸੋ? ਤੇਰੇ ਪਾਪਾ ਦੀ ਕੀ ਲੱਗਦੀ ਆ ਬੂਆ? ਭੈਣ। ਓ ਵੈਰੀ ਗੁੱਡ, ਤਾੜੀਆਂ ਮਾਰੋ ਇਸ ਬੱਚੇ ਲਈ। ਕਰਦੇ ਕੌਣ, ਸ਼ਰਾਰਤੀ ਕੌਣ ਹੈ ਸਭ ਤੋਂ ਜ਼ਿਆਦਾ? ਕੋਈ ਵੀ ਨਹੀਂ। ਸਕੂਲ ਕਿੱਦਾਂ ਆਉਂਦਾ ਹੁੰਦਾ? ਬੂਆ ਨਾਲ। ਕਾਹਦੇ 'ਤੇ ਆਉਂਦੇ ਹੁੰਦੇ? ਤੁਰ ਕੇ ਆਉਂਦੇ ਹੈਗੇ। ਅੱਛਾ, ਇਹ ਪਾਇਲਟ ਪਤਾ ਕੌਣ ਹੁੰਦਾ? ਪਾਇਲਟ, ਪਾਇਲਟ ਨਹੀਂ ਪਤਾ? ਚਲੋ ਤਾੜੀਆਂ ਮਾਰੋ ਇਸ ਬੱਚੇ ਲਈ। ਆਓ ਜੀ, ਲਓ ਜੀ, ਇਹਦਾ ਬੜਾ ਮੈਨੂੰ ਸ਼ਰਾਰਤੀ ਲੱਗਦਾ ਬੱਚਾ। ਨਹੀਂ ਸ਼ਰਾਰਤੀ ਨਹੀਂ, ਸ਼ਕਲ ਤਾਂ ਮੈਨੂੰ ਤੇਰੀ ਸ਼ਰਾਰਤੀ ਲੱਗਦੀ। ਆਹ ਕੀ ਚੀਜ਼ ਹੈ ਜਿਹੜੀ ਪਾਈ ਹੋਏਗੀ? ਹੈਂ, ਕਿਹੜੀ ਕਲਾਸ 'ਚ ਪੜ੍ਹਦੇ ਹੋ? ਕੋਈ ਗਾਣਾ ਆਉਂਦਾ ਤੈਨੂੰ ਕਿ ਨਹੀਂ? ਹਾਂ ਸੁਣਾ ਦਿਓ। ਜੰਬਿਆ ਸੀ ਜਦੋਂ ਮੈਂ ਪਕੂੜੇ ਵਿੱਚ ਪਿਆ ਸੀ, ਰੋਂਦਾ ਪਿਆ ਬਾਪੂ ਜੀ ਨੇ ਹੱਥਾਂ ਵਿੱਚ ਚੱਕ ਲਿਆ ਸੀ। ਓਏ, ਜੰਬਿਆ ਸੀ ਜਦੋਂ ਨਹੀਂ ਦੇਖਦੇ ਗਏ ਯਾਰ, ਦੇਖ ਥੋੜ੍ਹੇ ਜਿਹੇ ਕਵੀਰੇ ਹੁੰਦੇ ਗਏ। ਪਹਿਲੀ ਗੱਲ ਚਾਚਾ ਜੀ ਨੇ ਕੱਢਣੀ ਸਿਖਾਈ, ਪਹਿਲੀ ਗੱਲ ਚਾਚਾ ਜੀ ਨੇ ਕੱਢਣੀ ਸਿਖਾਈ, ਕੱਢਦਾ ਵੀ ਬਿੱਲਾ ਛੜਿਆ ਹੋ ਗਿਆ। ਸੋਲਵਾਂ ਵੀ ਟੱਪਿਆ, ਸਤਾਰਵਾਂ ਵੀ ਟੱਪਿਆ, ਅਠਾਰਵੇਂ 'ਚ ਮੁੰਡਾ ਬਦਲਾ ਹੋ ਗਿਆ। ਤਾੜੀਆਂ ਮਾਰੋ ਇਸ ਬੱਚੇ ਦੇ। ਤੇਰੀ ਉਮਰ ਕਿੰਨੀ ਆ? 7। ਇਹ 18ਵਾਂ ਸਾਲ ਪਤਾ ਕੀ ਹੁੰਦਾ? 18ਵਾਂ ਸਾਲ ਨਹੀਂ। ਤਾੜੀਆਂ ਮਾਰੋ ਇਸ ਬੱਚੇ ਦੇ। ਚਲੋ ਬਈ, ਆਓ ਆਓ ਬੱਚੇ। ਹਾਂਜੀ ਭਲਵਾਨ ਜੀ, ਤੁਹਾਡਾ ਨਾਂ ਕੀ ਆ? ਹੈਂ, ਗੁਰਜੀਤ ਸਿੰਘ। ਤੇਰੇ ਘਰ ਕੌਣ ਕੌਣ ਰਹਿੰਦਾ ਬੱਚੇ? ਮੰਮੀ ਪਾਪਾ। ਮੰਮੀ ਪਾਪਾ ਕੀ ਕਰਦੇ? ਪਾਪਾ ਪੈਂਟ ਦਾ ਕੰਮ। ਹੈਂ, ਪੈਂਟ ਦਾ ਕੰਮ। ਕਾਹਦਾ? ਪੈਂਟ ਦਾ। ਅੱਛਾ ਅੱਛਾ, ਤੇ ਤੁਸੀਂ ਇਹ ਦੱਸੋ, ਫੁੱਟਬਾਲ ਪਤਾ ਕੀ ਹੁੰਦਾ? ਫੁੱਟਬਾਲ, ਫੁੱਟਬਾਲ, ਫੁੱਟਬਾਲ ਦੇਖਿਆ ਕਦੀ ਕਿ ਨਹੀਂ? ਹਾਕੀ, ਹਾਕੀ ਕੀ ਹੁੰਦੀ ਆ? ਹਾਕੀ ਕੁਛ ਆਈਡੀਆ ਹੈ? ਗਾਣਾ ਆਉਂਦਾ ਕੋਈ? ਗਾਣਾ ਕੋਈ ਪੋਇਮ ਸੁਣਾ ਦੇ। ਤੇਰੀ ਕਲਾਸ ਟੀਚਰ ਦਾ ਕੀ ਨਾਂ? ਰਜਿੰਦਰ। ਮਾਰਦੇ ਹੁੰਦੇ ਤੈਨੂੰ ਕਿ ਨਹੀਂ? ਤੂੰ ਦੱਸ, ਰੋਟੀ ਕਿੰਨੀ ਖਾਂਦਾ ਹੁੰਦਾ? ਚਾਰ। ਚਾਰ, ਆਓ ਜੀ। ਓਏ, ਤੁਹਾਡਾ ਕੀ ਨਾਂ ਬੱਚੇ? ਹਰਪ੍ਰੀਤ ਕੌਰ। ਕਿਹੜੀ ਕਲਾਸ 'ਚ ਪੜ੍ਹਦੇ ਹੋ? ਸੈਕਿੰਡ 'ਚ। ਆਹ ਕੀ ਕੀਤਾ ਹੈ ਤੁਸੀਂ ਪਹਿਲਾਂ ਦੱਸੋ? ਹੈਂ, ਗੁੱਤ ਕਿਹਨੇ ਕੀਤੀ ਆ? ਮੰਮਾ ਨੇ। ਅੱਛਾ, ਤੁਹਾਡੇ ਘਰ 'ਚ ਕੌਣ ਕੌਣ ਰਹਿੰਦਾ? ਮੰਮਾ, ਪਾਪਾ, ਦੋ ਭੈਣ। ਸ਼ਰਾਰਤੀ ਕੌਣ ਹੈ? ਇਹ ਕੌਣ ਹੈ? ਅੱਛਾ ਅੱਛਾ, ਤੇ ਤੇਰੀ ਕਲਾਸ ਟੀਚਰ ਦਾ ਕੀ ਨਾਂ? ਡਰਾਈਵਰ ਪਤਾ ਕੌਣ ਹੁੰਦਾ? ਬੱਸ ਡਰਾਈਵਰ, ਡਰਾਈਵਰ ਨਹੀਂ ਪਤਾ? ਕਦੀ ਡਰਾਈਵਰ ਨਹੀਂ ਦੇਖਿਆ? ਹੈਂ, ਕਿੱਦਾਂ ਦਾ ਹੁੰਦਾ ਡਰਾਈਵਰ? ਹੈਂ, ਦੱਸੋ ਕਿੱਦਾਂ ਦਾ ਡਰਾਈਵਰ ਹੁੰਦਾ? ਗਾਣਾ ਆਉਂਦਾ ਕੋਈ ਪੋਇਮ? ਹਾਂ ਸੁਣਾਓ। ਜੋਨੀ, ਜੋਨੀ ਦੱਸ ਪਾਪਾ, ਈਟਿੰਗ ਸ਼ੂਗਰ ਨੋ ਪਾਪਾ, ਟੈਲਿੰਗ ਲਾਈ ਨੋ ਪਾਪਾ, ਓਪਨ ਮਾਊਥ। ਹਾਂ, ਓਪਨ ਯੂਅਰ ਮਾਊਥ ਉੱਚੀ ਦੇ ਨਹੀਂ ਕਿਹਾ? ਆਹ ਹਾ ਹਾ, ਫਿਰ ਕਿਹਾ? ਓਪਨ ਯੂਅਰ ਮਾਊਥ। ਤਾੜੀਆਂ ਮਾਰੋ ਇਸ ਬੱਚੇ ਲਈ। ਆਓ ਜੀ, ਤੁਹਾਡਾ ਕੀ ਨਾਂ ਆ? ਹੈਂ, ਕਿਹੜੀ ਕਲਾਸ 'ਚ ਪੜ੍ਹਦੇ ਹੋ? ਫਸਟ 'ਚ। ਅੱਛਾ, ਕਲਾਸ ਟੀਚਰ ਦਾ ਨਾਂ ਕੀ ਆ? ਮਾਰਦੇ ਹੁੰਦੇ ਕਿ ਨਹੀਂ? ਮਾਰਦੇ ਹੁੰਦੇ ਨਾ। ਅੱਛਾ, ਘਰ ਤੁਹਾਡੇ ਕੌਣ ਕੌਣ ਆ? ਅੱਛਾ, ਚਾਚੀ ਤੇ ਚਾਚੂ ਵੀ ਆ। ਚਾਚੀ ਕੌਣ ਹੁੰਦੀ ਬੱਚੇ ਦੱਸੋ? ਅੱਛਾ, ਹੁਣ ਤੁਸੀਂ ਫੁੱਟਬਾਲ ਕਦੀ ਖੇਡਿਆ? ਫੁੱਟਬਾਲ ਪਤਾ ਕੀ ਹੁੰਦਾ? ਫੁੱਟਬਾਲ, ਹਾਂ ਕੀ ਹੁੰਦਾ? ਹੈਂ,
ਚਲੋ ਤਾੜੀਆਂ ਮਾਰੋ ਇਸ ਬੱਚੇ ਲਈ। ਚਲੋ ਚਲੋ ਨੈਕਸਟ। ਹਾਂਜੀ, ਤੁਹਾਡਾ ਨਾਂ ਕੀ ਬੱਚੇ? ਦਿਵਜੋਤ। ਹੈਂ? ਦਿਵਜੋਤ। ਕਿਹੜੀ ਕਲਾਸ 'ਚ ਪੜ੍ਹਦੇ ਹੋ? ਫਸਟ। ਫਸਟ 'ਚ। ਅੱਛਾ, ਤੁਹਾਡੇ ਘਰ ਕੌਣ ਕੌਣ ਰਹਿੰਦਾ? ਮੰਮਾ, ਪਾਪਾ, ਦਾਦੂ, ਦਾਦੀ, ਚਾਚੀ, ਚਾਚੂ। ਇਹ ਚਾਚੀ ਚਾਚੂ ਕੌਣ ਹੁੰਦੇ ਪਹਿਲਾਂ ਦੱਸੋ, ਕੁਛ ਹੈ ਆਈਡੀਆ? ਤੁਹਾਡੇ ਸਕੂਲ ਦਾ ਨਾਂ ਕੀ ਆ? ਸ਼੍ਰੀ ਗੁਰੂ ਹਰਕ੍ਰਿਸ਼ਨ ਪਬਲਿਕ ਸਕੂਲ। ਅੱਛਾ, ਇਹ ਜਿਹੜੇ ਸ਼੍ਰੀ ਗੁਰੂ ਹਰਕ੍ਰਿਸ਼ਨ ਜੀ ਸੀ, ਇਹ ਕਿੰਨਵੇਂ ਗੁਰੂ ਸੀ ਸਿੱਖਾਂ ਦੇ? ਪੰਜਵੇਂ। ਨਹੀਂ ਬੱਚੇ, ਹੈਂ? ਪਹਿਲੇ ਗੁਰੂ ਕੌਣ ਆ ਸਿੱਖਾਂ ਦੇ? ਸ਼੍ਰੀ ਗੁਰੂ ਨਾਨਕ ਦੇਵ ਜੀ। ਸ਼ਾਬਾਸ਼, ਤਾੜੀਆਂ ਮਾਰੋ ਇਸ ਬੱਚੇ ਦੇ। ਚਲੋ ਜੀ, ਆ ਜਾਓ ਤੂੰ ਆ ਬੱਚੇ। ਲੈ, ਇਹ ਬੜਾ ਸ਼ਰਾਰਤੀ ਲੱਗਦਾ ਬੱਚਾ ਮੈਨੂੰ। ਨਾਂ ਕੀ ਤੁਹਾਡਾ? ਅੱਛਾ, ਕਿਹੜੀ ਕਲਾਸ 'ਚ ਪੜ੍ਹਦੇ ਹੋ? ਹੈਂ? ਲੈ, ਤੇਰੇ ਦੰਦ ਕਿੱਥੇ ਗਏ? ਐਂ ਕਰਕੇ ਦਿਖਾ ਪਹਿਲਾਂ ਕੈਮਰੇ ਨੂੰ। ਇਹ ਦੰਦ ਕਿੱਥੇ ਗਏ ਤੇਰੇ? ਟੁੱਟ ਗਏ ਆਪਣੇ ਆਪ? ਤੂੰ ਚੂਹਾ ਲੈ ਗਿਆ? ਚੂਹਾ ਦੇਖਿਆ ਕਦੀ ਕੋਈ ਕਿੱਦਾਂ ਦਾ ਹੁੰਦਾ? ਹੈਂ? ਕਲਾਸ ਟੀਚਰ ਦਾ ਕੀ ਨਾਂ ਤੁਹਾਡੀ ਦਾ? ਕਿੱਥੇ ਰਹਿੰਦੇ ਹੋ ਤੁਸੀਂ? ਹੈਂ? ਇਹ ਪਿੰਡ ਆ ਕਿ ਸ਼ਹਿਰ ਆ ਬੱਚੇ? ਹੈਂ? ਸ਼ਹਿਰ ਆ। ਇਹ ਚੰਡੀਗੜ੍ਹ ਕੀ ਆ ਪਹਿਲਾਂ ਦੱਸੋ? ਚੰਡੀਗੜ੍ਹ ਨਾਂ ਸੁਣਿਆ? ਚੰਡੀਗੜ੍ਹ ਕੀ ਹੁੰਦਾ? ਚੰਡੀਗੜ੍ਹ, ਹਾਂ, ਚੰਡੀਗੜ੍ਹ ਕੀ ਹੁੰਦਾ ਬੱਚੇ? ਹਾਂ, ਚੰਡੀਗੜ੍ਹ ਕੀ ਹੁੰਦਾ? ਚਲੋ ਓਕੇ ਬੱਚੇ। ਹਾਂਜੀ ਬੱਚੇ, ਤੁਹਾਡਾ ਨਾਂ ਕੀ ਆ? ਪਰੇਸ਼। ਕਿਹੜੀ ਕਲਾਸ 'ਚ ਪੜ੍ਹਦੇ ਹੋ? ਤੂੰ ਰੋਟੀ ਕਿੰਨੀ ਖਾਂਦਾ ਹੁੰਦਾ ਪਹਿਲਾਂ ਇਹ ਦੱਸ। ਦੋ। ਤਾੜੀਆਂ ਮਾਰੋ ਇਸ ਬੱਚੇ ਦੇ। ਅੱਛਾ, ਤੁਹਾਡੇ ਘਰ ਕੌਣ ਕੌਣ ਆ? ਮੰਮੀ, ਪਾਪਾ, ਦਾਦੀ, ਦਾਦਾ, ਚਾਚੂ, ਨਾਲੇ ਬਾਬਾ। ਅੱਛਾ, ਤਾੜੀਆਂ ਮਾਰੋ, ਬੜੀ ਲੰਬੀ ਚੌੜੀ ਫੈਮਿਲੀ ਇਸ ਬੱਚੇ ਦੀ। ਇਹ ਚਾਚੂ ਕੌਣ ਹੁੰਦਾ ਬੱਚੇ? ਚਾਚਾ। ਹੈਂ? ਚਾਚੂ ਚਾਚਾ ਹੁੰਦਾ। ਚਲੋ ਤਾੜੀਆਂ ਮਾਰੋ ਇਸ ਬੱਚੇ ਨੂੰ। ਚਲੋ ਤੁਸੀਂ ਆਓ ਇੱਧਰ ਬੱਚੇ। ਤੁਹਾਡਾ ਨਾਂ ਕੀ ਆ? ਸਿੰਘ। ਅੱਛਾ, ਕਿਹੜੀ ਕਲਾਸ 'ਚ ਪੜ੍ਹਦੇ ਹੋ? ਫਸਟ 'ਚ। ਤੁਹਾਡੇ ਕਲਾਸ ਟੀਚਰ ਦਾ ਨਾਂ ਕੀ ਆ? ਮੈਡਮ। ਇਹ ਮਾਰਦੇ ਹੁੰਦੇ ਕਿ ਨਹੀਂ? ਨਹੀਂ। ਮਾਰਦੇ ਹੁੰਦੇ ਥੋੜ੍ਹਾ ਥੋੜ੍ਹਾ ਨਾ। ਅੱਛਾ, ਇਹ ਪ੍ਰਿੰਸੀਪਲ ਕੌਣ ਹੁੰਦਾ ਬੱਚੇ? ਪਤਾ ਨਹੀਂ। ਤੁਹਾਡੇ ਸਕੂਲ 'ਚ ਹੈ ਕੋਈ ਪ੍ਰਿੰਸੀਪਲ? ਕੌਣ ਹੈ ਇਹਨਾਂ ਦਾ ਨਾਂ? ਪਤਾ ਨਾਂ ਨਹੀਂ ਪਤਾ? ਗੁਰਮਿੰਦਰ ਸਿੰਘ ਭੁੱਲਰ। ਕਹਿ ਹਾਂ, ਤਾੜੀਆਂ ਮਾਰੋ ਭੁੱਲਰ ਸਾਹਿਬ ਦੀ। ਅੱਛਾ, ਤੁਹਾਡੇ ਘਰ ਕੌਣ ਕੌਣ ਰਹਿੰਦੇ ਆ? ਪਾਪਾ, ਮੰਮੀ, ਤਾਇਆ, ਤਾਈ, ਦਾਦੂ, ਦਾਦੀ ਤੇ ਮੇਰੇ ਭਾਈ। ਅੱਛਾ, ਤਾਇਆ ਕੌਣ ਹੁੰਦਾ ਪਹਿਲਾਂ ਦੱਸੋ। ਤਾੜੀਆਂ ਮਾਰੋ ਇਹਦੇ ਬੱਚੇ ਨੂੰ। ਚਲੋ ਆਓ ਵੀ ਬੱਚੇ। ਓਹੋ, ਆਹ ਕੀ ਆ ਬੱਚੇ? ਤੂੰ ਵੀ ਕਰੇਲਾ ਬਣਾਇਆ ਹੈਗਾ? ਇਹ ਕਿਹਨੇ ਬਣਾਇਆ ਕਰੇਲਾ? ਮੰਮਾ ਨੇ। ਮੰਮਾ ਨੇ? ਰੋਜ਼ ਕਰੇਲੇ ਬਣਾਉਂਦੇ? ਹਾਂਜੀ। ਕਦੀ ਕਰੇਲੇ ਦੀ ਸਬਜ਼ੀ ਖਾਧੀ ਕਿ ਨਹੀਂ? ਹਾਂਜੀ। ਖੱਟੀ ਹੁੰਦੀ ਕਿ ਮਿੱਠੀ? ਕੌੜੀ ਹੁੰਦੀ। ਕੌੜੀ ਹੁੰਦੀ। ਸਾਡੇ ਘਰ ਬੱਚੇ, ਵੈਰੀ ਗੁੱਡ। ਤੁਹਾਡੇ ਘਰ 'ਚ ਕੌਣ ਕੌਣ ਹੈ? ਮੰਮਾ, ਪਾਪਾ, ਦਾਦਾ, ਦਾਦੀ, ਚਾਚੀ, ਚਾਚਾ। ਤਾੜੀਆਂ ਮਾਰੋ, ਬੜੀ ਲੰਬੀ ਚੌੜੀ ਫੈਮਿਲੀ ਹੈ। ਪਹਿਲੀ ਵਾਰੀ ਮੈਂ ਕਿਸੇ ਕਾਲਜ ਵਿੱਚ ਸਕੂਲ ਵਿੱਚ ਦੇਖਿਆ ਇੰਨੀਆਂ ਲੰਬੀ ਚੌੜੀ ਫੈਮਿਲੀ ਵਾਲੇ ਬੱਚੇ ਆ। ਇਹ ਚਾਚੂ ਚਾਚੀ ਕੌਣ ਹੁੰਦੇ ਬੱਚੇ? ਕੋਈ ਆਈਡੀਆ ਨਹੀਂ? ਜਿਹੜਾ ਤੇਰਾ ਚਾਚੂ, ਤੇਰੇ ਪਾਪਾ ਦਾ ਕੀ ਲੱਗਦਾ? ਭਾਈ। ਉਹ ਤਾੜੀਆਂ ਮਾਰੋ। ਅੱਛਾ, ਤੂੰ ਸ਼ਰਾਰਤਾਂ ਵੀ ਕਰਦੀ ਹੁੰਦੀ? ਹਾਂ, ਚਲੋ ਇੱਕ ਸ਼ਰਾਰਤ ਕਰਕੇ ਦਿਖਾ ਦਿਓ। ਗਾਣਾ ਆਉਂਦਾ ਕੋਈ? ਪੋਇਮ ਆਉਂਦੀ ਕੋਈ? ਸੁਣਾਓ। ਟਵਿੰਕਲ ਟਵਿੰਕਲ ਲਿਟਲ ਸਟਾਰ, ਹਾਊ ਆਰ ਵੰਡਰ ਵਾਟ ਯੂ ਆਰ, ਅਪ ਅਬਵ ਦ ਵਰਲਡ ਸੋ ਹਾਈ, ਲਾਈਕ ਅ ਡਾਇਮੰਡ ਇਨ ਦ ਸਕਾਈ। ਹਾਂ, ਤਾੜੀਆਂ ਮਾਰੋ ਇਸ ਬੱਚੇ ਲਈ। ਇੱਕ ਬੱਚਾ ਆ ਜਾਵੇ ਹੋਰ ਲਾਸਟ ਵਿੱਚ। ਇੱਕ ਬੱਚਾ ਆ ਜਾਓ ਹੋਰ। ਹਾਂਜੀ,
ਇਹ ਕਲਾਸ ਚੋਂ ਕੁੱਟ ਖਾ ਕੇ ਆਇਆ ਤੂੰ? ਕੀ ਨਾਂ ਕੀ ਤੁਹਾਡਾ? ਤੁਸ਼ਾਰ। ਓ ਵੈਰੀ ਗੁੱਡ। ਕਿਹੜੀ ਕਲਾਸ ਚ ਪੜ੍ਹਦੇ ਹੋ? ਫਸਟ। ਤੂੰ ਰੋਟੀ ਵੀ ਖਾਂਦਾ ਹੁੰਦਾ ਕਿ ਨਹੀਂ? ਖਾਂਦਾ। ਮੈਨੂੰ ਤਾਂ ਲੱਗਦਾ ਨਹੀਂ ਯਾਰ। ਕਿੰਨੀ ਰੋਟੀ ਖਾਂਦਾ ਹੁੰਦਾ? ਦੋ। ਅੱਜ ਸਵੇਰੇ ਕਿੰਨੀਆਂ ਖਾਧੀਆਂ ਸੀ ਰੋਟੀਆਂ? ਦੋ। ਕਾਹਦੇ ਨਾਲ ਖਾਧੀਆਂ ਸੀ? ਸਬਜ਼ੀ ਨਾਲ। ਕਿਹੜੀ ਸਬਜ਼ੀ ਸੀ? ਆਲੂ ਮਟਰ। ਆਲੂ ਮਟਰ ਖਾ ਕੇ। ਤੁਹਾਡੇ ਘਰ ਕੌਣ ਕੌਣ ਰਹਿੰਦੇ ਆ? ਪਾਪਾ, ਮੰਮਾ, ਮੇਰੀ ਭੈਣ, ਬਸ ਮੈਂ। ਅੱਛਾ, ਸ਼ਰਾਰਤੀ ਕੌਣ ਹੈ? ਸਭ ਤੋਂ ਸ਼ਰਾਰਤੀ ਕੌਣ ਹੈ? ਤੂੰ ਆ ਕਿ ਤੇਰੀ ਭੈਣ ਹੈ? ਕੋਈ ਪੋਇਮ ਆਉਂਦੀ ਹੈ ਤੈਨੂੰ? ਗਾਣਾ ਕੋਈ ਗਾਉਂਦਾ? ਬਿੱਲੀ ਕਿਸ ਤਰ੍ਹਾਂ ਬੋਲਦੀ, ਬੋਲ ਕੇ ਦੱਸੋ। ਬਿੱਲੀ ਦੇਖੀ? ਬਿੱਲੀ ਨੀ ਦੇਖੀ? ਡੌਗੀ, ਕੁੱਤਾ ਕੋਈ ਦੇਖਿਆ? ਉਹ ਕਿੱਦਾਂ ਬੋਲਦਾ ਹੁੰਦਾ? ਤਾੜੀਆਂ ਮਾਰੋ। ਚਲੋ ਸ਼ਾਬਾਸ਼। ਸੋ ਭੁੱਲਰ ਸਾਹਿਬ, ਅਸੀਂ ਬੱਚਿਆਂ ਨਾਲ ਥੋੜ੍ਹੀ ਜਿਹੀ ਇੰਟਰੈਕਸ਼ਨ ਕੀਤੀ, ਤੁਸੀਂ ਥੋੜ੍ਹਾ ਜਿਹਾ ਸਾਡੇ ਦਰਸ਼ਕਾਂ ਨੂੰ ਦੱਸੋ ਵੀ ਇਹਨਾਂ ਦਾ ਓਵਰਆਲ ਪਰਸਨੈਲਿਟੀ ਡਿਵੈਲਪਮੈਂਟ ਲਈ ਕੀ ਕੁਛ ਤੁਸੀਂ ਕਰਦੇ ਹੋ ਸਕੂਲ ਵਿੱਚ? ਭਾਰਤ ਸਾਹਿਬ, ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਕਿ ਤੁਸੀਂ ਵਿਸ਼ੇਸ਼ ਕਰਕੇ ਸਾਡੇ ਸਕੂਲ ਦੇ ਵਿੱਚ ਪਹੁੰਚੇ ਹੋ, ਤੁਹਾਨੂੰ ਜੀ ਆਇਆਂ ਵੀ। ਮਿਹਰਬਾਨੀ। ਚੀਫ ਖਾਲਸਾ ਦੀਵਾਨ ਬੜੀ ਪੁਰਾਣੀ ਵਿੱਦਿਅਕ ਅਤੇ ਧਾਰਮਿਕ ਸੰਸਥਾ ਹੈ, ਉਹਦੇ ਵੱਲੋਂ ਤਿੰਨ ਇੱਥੇ ਸੰਸਥਾਵਾਂ, ਵਿੱਦਿਅਕ ਸੰਸਥਾਵਾਂ ਚਲਾਈਆਂ ਜਾ ਰਹੀਆਂ ਜੀ, ਦੋ ਅਨੰਦਪੁਰ ਸਾਹਿਬ ਅਤੇ ਇੱਕ ਕੀਰਤਪੁਰ ਸਾਹਿਬ ਦੇ ਵਿੱਚ, ਔਰ ਇਹ ਤਿੰਨਾਂ ਦੇ ਸਾਡੇ ਪ੍ਰਧਾਨ ਸਾਹਿਬ ਵੀ ਅੱਜ ਸਾਡੇ ਕੋਲ ਲਾਲਪੁਰਾ ਸਾਹਿਬ ਮੌਜੂਦ ਨੇ ਜੀ, ਉਹਨਾਂ ਨਾਲ ਵੀ ਗੱਲਬਾਤ ਕਰਦੇ ਆ। ਤੋ ਇਹ ਜਿਹੜਾ ਖਾਸ ਕਰਕੇ ਲਾਲਪੁਰਾ ਸਾਹਿਬ ਵੱਲੋਂ ਇਹ ਵਿਸ਼ੇਸ਼ ਹਦਾਇਤ ਕੀਤੀ ਗਈ ਹੈ, ਜਾਂ ਉਹਨਾਂ ਦਾ ਨਿਸ਼ਾਨਾ ਇਹ ਹੈ ਕਿ ਸਸਤੀ ਅਤੇ ਮਿਆਰੀ ਸਿੱਖਿਆ ਇਸ ਗੁਰੂ ਦੀ ਧਰਤੀ ਦੇ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਜੀ, ਖਾਸ ਕਰਕੇ ਜਿਹੜੇ ਛੋਟੇ ਬੱਚਿਆਂ ਨਾਲ ਤੁਸੀਂ ਹੁਣੇ ਗੱਲਬਾਤ ਕਰਕੇ ਹਟੇ ਹੋ, ਇਹਨਾਂ ਦੇ ਜਿੰਨੇ ਵੀ ਕਲਾਸ ਰੂਮ ਨੇ ਸਾਰੇ ਸਮਾਰਟ ਕਲਾਸ ਰੂਮ ਨੇ ਜੀ, ਅਤੇ ਅੱਜ ਕੱਲ੍ਹ ਦੀਆਂ ਜਿਹੜੀਆਂ ਨਵੀਆਂ ਤਕਨੀਕਾਂ ਨੇ ਉਹਨਾਂ ਦੇ ਨਾਲ ਇਹਨਾਂ ਨੂੰ ਜਿੱਥੇ ਐਜੂਕੇਸ਼ਨ ਦਿੱਤੀ ਜਾਂਦੀ ਹੈ ਉੱਥੇ ਨਾਲ ਦੀ ਨਾਲ ਇਹਨਾਂ ਦੀ ਫਿਜ਼ੀਕਲ ਜਿਹੜੀ ਡਿਵੈਲਪਮੈਂਟ ਉਹਦੇ ਵਾਸਤੇ ਵਿਸ਼ੇਸ਼ ਤੌਰ 'ਤੇ ਧਿਆਨ ਦਿੱਤਾ ਜਾਂਦਾ, ਛੋਟੀਆਂ ਛੋਟੀਆਂ ਮਾਈਨਰ ਗੇਮਸ ਇਹਨਾਂ ਨੂੰ ਕਰਾਈਆਂ ਜਾਂਦੀਆਂ, ਔਰ ਖਾਸ ਕਰਕੇ ਜਿਹੜੀ ਕਿਉਂਕਿ ਖਾਲਸੇ ਦੀ ਜਨਮ ਭੂਮੀ ਹੈ ਅਨੰਦਪੁਰ ਸਾਹਿਬ ਜਿੱਥੇ ਇਹ ਸਕੂਲ ਸਥਿਤ ਹੈ, ਖਾਸ ਕਰਕੇ ਜਿਹੜੀ ਸਾਡੀ ਸਵੇਰ ਦੀ ਸਭਾ ਹੁੰਦੀ ਹੈ, ਮੋਰਨਿੰਗ ਅਸੈਂਬਲੀ ਜਿਹਨੂੰ ਅਸੀਂ ਕਹਿੰਦੇ ਹਾਂ, ਉਹਦਾ ਪੂਰੀ ਦਾ ਪੂਰਾ ਹੀ ਜਿਹੜਾ ਮਾਹੌਲ ਹੁੰਦਾ ਉਹ ਧਾਰਮਿਕ ਮਾਹੌਲ ਸਿਰਜਿਆ ਜਾਂਦਾ, ਵਿਚਾਰੇ ਬੱਚੇ ਜਿੰਨੇ ਵੀ ਨੇ ਵਿਦਿਆਰਥੀ ਪਹਿਲਾਂ ਗੁਰਬਾਣੀ ਦਾ ਸ਼ਬਦ ਗਾਇਨ ਕਰਦੇ ਨੇ, ਦੇਹ ਸ਼ਿਵਾ ਵਰ ਮੋਹੇ ਹੈ ਇਹ ਸ਼ਬਦ ਵਾਧੂ ਪੜ੍ਹਿਆ ਜਾਂਦਾ ਹੈ, ਬਾਅਦ ਦੇ ਵਿੱਚ ਅਰਦਾਸ ਕੀਤੀ ਜਾਂਦੀ ਹੈ, ਤੋ ਉਹਦੇ ਨਾਲ ਦੀ ਨਾਲ ਹਰ ਇੱਕ ਸਾਡਾ ਕੋਈ ਨਾ ਕੋਈ ਟੀਚਰ ਹਰ ਰੋਜ਼ ਬੱਚਿਆਂ ਨੂੰ ਨੈਤਿਕ ਕਦਰਾਂ ਕੀਮਤਾਂ ਬਾਰੇ, ਵੱਖ ਵੱਖ ਵਿਸ਼ੇ ਰੱਖੇ ਜਾਂਦੇ ਹੈ, ਵੱਖ ਵੱਖ ਵਿਸ਼ਿਆਂ ਦੇ ਮਾਹਰ ਜਿਹੜੇ ਉਹ ਅਸੀਂ ਬਾਹਰੋਂ ਵੀ ਬੁਲਾ ਲੈਂਦੇ ਹਾਂ, ਜਿਵੇਂ ਕਦੇ ਮੈਡੀਕਲ ਦੇ ਨਾਲ ਸੰਬੰਧਿਤ ਡਾਕਟਰ ਇੱਥੇ ਆ ਜਾਂਦੇ ਹੈ, ਕਾਨੂੰਨੀ ਜਿਹੜੇ ਅਧਿਕਾਰੀ ਹੁੰਦੇ ਆ ਸਾਡੇ, ਜਿਵੇਂ ਕੋਈ ਵਕੀਲ ਉਹ ਆ ਜਾਂਦੇ ਹੈ, ਸੋ ਵੱਖ ਵੱਖ ਕਿੱਤਿਆਂ ਦੇ ਨਾਲ ਜਿੰਨੇ ਵੀ ਐਕਸਪਰਟ ਲੋਕ ਹੁੰਦੇ ਆ, ਕੋਸ਼ਿਸ਼ ਕਰੀ ਦੀ ਹੈ ਕਿ ਉਹਨਾਂ ਨੂੰ ਬੁਲਾਈਏ ਤਾਂ ਜੋ ਸਾਡੇ ਬੱਚਿਆਂ ਦਾ ਸਰਵਪੱਖੀ ਵਿਕਾਸ ਹੋ ਸਕੇ, ਇਹਦੇ ਨਾਲ ਨਾਲ ਧਾਰਮਿਕ ਪ੍ਰੀਖਿਆਵਾਂ ਉਹ ਚਾਹੇ ਸਿੱਖ ਮਿਸ਼ਨਰੀ ਕਾਲਜ ਦੀਆਂ ਹੋਣ, ਚਾਹੇ ਸ਼੍ਰੋਮਣੀ ਕਮੇਟੀ ਦੀਆਂ ਹੋਣ, ਚੀਫ ਖਾਲਸਾ ਦੀਵਾਨ ਦੀਆਂ ਹੋਣ, ਜਾਂ ਗੁਰੂ ਗੋਬਿੰਦ ਸਿੰਘ ਸਟੱਡੀ ਸਰਕਲ ਦੀਆਂ ਹੋਣ, ਉਹਦੇ ਵਿੱਚ ਬੱਚੇ ਜਿਹੜੇ ਵੱਧ ਚੜ੍ਹ ਕੇ ਹਿੱਸਾ ਲੈਂਦੇ ਹੈ ਔਰ ਬਹੁਤ ਵਧੀਆ ਪੁਜੀਸ਼ਨਾਂ ਹਾਸਲ ਕਰਦੇ ਹੈ। ਇਹਦੇ ਨਾਲ ਦੀ ਨਾਲ ਖੇਡਾਂ ਦਾ ਖੇਤਰ ਹੈ, ਬੇਸ਼ੱਕ ਸਾਡੇ ਕੋਲ ਇੱਥੇ ਗਰਾਊਂਡਾਂ ਦੀ ਘਾਟ ਹੈ, ਲੇਕਿਨ ਸਾਡਾ ਦੂਜਾ ਸਕੂਲ ਜਿਹੜਾ SGS ਖਾਲਸਾ ਸੀਨੀਅਰ ਸੈਕੰਡਰੀ ਸਕੂਲ, ਉਹਦੇ ਕੋਲ ਬੜੇ ਵਿਸ਼ਾਲ ਗਰਾਊਂਡ ਹੈ, ਖੇਡ ਦੇ ਮੈਦਾਨ ਹੈ, ਉੱਥੇ ਸਾਡੇ ਬੱਚੇ ਜਾ ਕੇ ਪ੍ਰੈਕਟਿਸ ਕਰਦੇ ਹੈ, ਔਰ ਬੜੇ ਸਾਡੇ ਵਾਸਤੇ ਮਾਣ ਦੀ ਗੱਲ ਹੈ ਕਿ ਪਿਛਲੇ ਸਾਲਾਂ ਦੇ ਵਿੱਚ ਸਾਡੇ ਬੱਚੇ ਨੇ ਅੰਡਰ 19 ਦੇ ਵਿੱਚ ਸ਼ਾਟਪੁੱਟ ਦੇ ਵਿੱਚ ਨਵਾਂ ਕੌਮੀ ਰਿਕਾਰਡ ਜਿਹੜਾ ਉਹ ਰੱਖਿਆ ਸੀ, ਅਤੇ ਹੋਰ ਐਥਲੈਟਿਕਸ ਦੇ ਵਿੱਚ, ਬੋਕਸਿੰਗ ਦੇ ਵਿੱਚ ਸਟੇਟ ਪੱਧਰ 'ਤੇ, ਕੌਮੀ ਪੱਧਰ 'ਤੇ ਸਾਡੇ ਬੱਚੇ ਜਿਹੜੇ ਹੈ ਉਹ ਮੱਲਾਂ ਮਾਰਦੇ ਹੈ, ਔਰ ਉਹਦੇ ਨਾਲ ਨਾਲ ਸਾਡੇ ਕੋਲ ਇਤਿਹਾਸਿਕ ਬੈਂਡ ਹੈ ਸਕੂਲ ਦਾ, ਜਿਹੜਾ ਕਿ ਵੱਖ ਵੱਖ ਜਿਵੇਂ ਗੁਰੂ ਸਾਹਿਬਾਨ ਦੇ ਜਿੰਨੇ ਵੀ ਪੁਰਬ ਮਨਾਏ ਜਾਂਦੇ ਹੈ, ਉਹ ਨਗਰ ਕੀਰਤਨ ਜਿੰਨੇ ਵੀ ਇੱਥੇ ਨਿਕਲਦੇ ਅਨੰਦਪੁਰ ਸਾਹਿਬ ਦੇ ਵਿੱਚ, ਉਹਦੀ ਸ਼ੋਭਾ ਉਹ ਬੈਂਡ ਜਿਹੜਾ ਉਹ ਵਧਾਉਂਦਾ। ਇਕੱਲੇ ਗੁਰੂ ਸਾਹਿਬ ਦਾ 10ਵੇਂ ਪਾਤਸ਼ਾਹ ਦਾ ਵਿਆਹ ਪੁਰਬ ਅਸੀਂ ਮਨਾ ਕੇ ਹਟੇ ਹਾਂ, ਬਸੰਤ ਪੰਚਮੀ ਇੱਥੋਂ ਲੱਗ ਗਈ, ਹਿਮਾਚਲ ਦੇ ਵਿੱਚ ਗੁਰੂ ਕਾ ਲਾਹੌਰ ਹੈ ਜਿੱਥੇ ਗੁਰੂ ਸਾਹਿਬ ਦੀ ਬਰਾਤ ਗਈ ਸੀ, ਸੋ ਉਹ ਬਰਾਤ ਅਨੰਦਪੁਰ ਸਾਹਿਬ ਤੋਂ ਹੁਣ ਨਗਰ ਕੀਰਤਨ ਦੀ ਸ਼ਕਲ ਦੇ ਵਿੱਚ ਜਾਂਦੀ ਹੈ, ਉਹਦੀ ਅਗਵਾਈ ਵੀ ਸਾਡੇ ਇਸ ਸਕੂਲ ਦੇ ਬੈਂਡ ਨੇ ਕੀਤੀ ਸੀ। ਸੋ ਇਸ ਕਰਕੇ ਕੁੱਲ ਮਿਲਾ ਕੇ ਦੇਖੀਏ ਤਾਂ ਹਰ ਵੀ ਕੋਈ ਵੀ ਅਸੀਂ ਫੀਲਡ, ਚਾਹੇ
ਵਿੱਦਿਆ ਦਾ ਖੇਤਰ ਲੈ ਲਈਏ, ਖੇਡਾਂ ਦਾ ਖੇਤਰ ਲੈ ਲਈਏ, ਧਾਰਮਿਕ ਖੇਤਰ ਲੈ ਲਈਏ, ਸੱਭਿਆਚਾਰਕ ਖੇਤਰ ਲੈ ਲਈਏ, ਉਹ ਸਾਰਿਆਂ ਦੇ ਵਿੱਚ ਸਾਡੇ ਵਿਦਿਆਰਥੀ ਜਿੱਥੇ ਭਾਗ ਲੈਂਦੇ ਆ ਉੱਥੇ ਉਹਨਾਂ ਦੇ ਵਿੱਚ ਚੰਗੀਆਂ ਪੁਜੀਸ਼ਨਾਂ ਜਿਹੜੀਆਂ ਹਾਸਲ ਕਰਦੇ ਆ। ਇਹਦਾ ਸਾਰਾ ਸਿਹਰਾ ਸਾਡਾ ਜਿਹੜਾ ਮਿਹਨਤੀ ਸਟਾਫ ਅਤੇ ਸਾਡੇ ਸਤਿਕਾਰਯੋਗ ਪ੍ਰਧਾਨ ਸਾਹਿਬ ਸਰਦਾਰ ਇਕਬਾਲ ਸਿੰਘ ਜੀ ਲਾਲਪੁਰਾ, ਉਹਨਾਂ ਨੂੰ ਵੱਜਦਾ। ਮਿਹਰਬਾਨੀ ਦਰਸ਼ਕੋ, ਤੁਸੀਂ ਇਹ ਦੇਖਿਆ ਹੈਗਾ ਇਹ ਛੋਟੇ ਛੋਟੇ ਬੱਚਿਆਂ ਨਾਲ, ਕੋਈ ਅਸੀਂ ਤਿਆਰੀ ਨਹੀਂ ਕੀਤੀ ਸੀ, ਇੰਸਟੈਂਟ ਇਹਨਾਂ ਦੀ ਅਸੀਂ ਜਿਹੜੇ ਸਵਾਲ ਪੁੱਛੇ ਹੈਗੇ, ਕਈ ਬੱਚਿਆਂ ਨੇ ਬੜੇ ਬ੍ਰਿਲੀਅੰਟਲੀ ਅਤੇ ਜਵਾਬ ਦਿੱਤੇ ਹੈਗੇ। ਇਹਦਾ ਪਰਪਜ਼ ਇਹੋ ਹੀ ਆ, ਬੱਚਿਆਂ ਦੇ ਜਿਹੜਾ ਕਹਿੰਦੇ ਹੈਗੇ ਬੱਚੇ ਮੰਨ ਕੇ ਸੱਚੇ, ਇਹਨਾਂ ਦੇ ਸੱਚੇ ਮਨਾਂ ਵਿੱਚ ਕੀ ਕੁਛ ਹੈਗਾ, ਇਹਨਾਂ ਦੀ ਵੀ ਥੋੜ੍ਹਾ ਜਿਹਾ ਜਨਰਲ ਨੌਲੇਜ ਵੀ ਟੈਸਟ ਹੋ ਜਾਂਦੀ ਅਤੇ ਇਹਨਾਂ ਦਾ IQ ਵੀ ਟੈਸਟ ਹੋ ਜਾਂਦਾ। ਇਸ ਤਰ੍ਹਾਂ ਅਸੀਂ ਹੋਰ ਪ੍ਰੋਗਰਾਮ ਵੀ ਲੈ ਕੇ ਹਾਜ਼ਰ ਹੋਵਾਂਗੇ। ਭੁੱਲਰ ਜੀ, ਬਹੁਤ ਬਹੁਤ ਮਿਹਰਬਾਨੀ, ਧੰਨਵਾਦ। ਥੈਂਕ ਯੂ ਸਰ।